ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਪਾਲ ਸਿੰਘ ਬਲੇਰ ਖਡੂਰ ਸਾਹਿਬ ਹਲਕਾ ਤੋਂ ਚੋਣ ਬਿਲਕੁਲ ਵੀ ਨਹੀਂ ਲੜ ਰਿਹਾ। ਸੋ ਮੈਂ ਆਰਐਸਐਸ ਬੀਜੇਪੀ ਦੀਆਂ ਜਿਹੜੀਆਂ ਉਹਨਾਂ ਦੀਆਂ ਹਮਖਿਆਲੀ ਪਾਰਟੀਆਂ ਰਵਾਇਤੀ ਪਾਰਟੀਆਂ ਜੋ ਉਹਨਾਂ ਨਾਲ ਰਲ ਕੇ ਚਾਲਾਂ ਚੱਲੀਆਂ ਜਾਂਦੀਆਂ ਪੰਥ ਤੇ ਪੰਜਾਬ ਨੂੰ ਇਸ ਸੱਤਾ ਦੇ ਵਿੱਚੋਂ ਬਾਹਰ ਕਰਨ ਵਾਸਤੇ, ਸੋ ਉਹਨਾਂ ਦੀਆਂ ਨੀਤੀਆਂ ਨੂੰ ਸਮਝਦਾ ਹੋਇਆ ਮੈਂ ਮੈਦਾਨ ਦੇ ਵਿੱਚ ਪੇਪਰ ਇਸ ਕਰਕੇ ਦਾਖਲ ਕੀਤੇ ਆ ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਸੀ ਕਿ ਸਾਨੂੰ ਆਪਣਾ ਦਬਾਅ ਬਣਾਉਣ ਵਾਸਤੇ ਇਹ ਰਵਾਇਤੀ ਪਾਰਟੀਆਂ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ਼ਾਂ ਦੇ ਨਾਲ ਛੇੜਛਾੜ ਨਾ ਕਰਨ। ਇਸ ਕਰਕੇ ਅਸੀਂ ਆਪਣੇ ਅੱਜ ਨਾਮਜ਼ਦਗੀ ਪੇਪਰ ਭਰੇ ਆ, ਜਦ ਉਹਨਾਂ ਦੇ ਪੇਪਰ ਕੱਲ ਨੂੰ ਅਸੈਪਟ ਹੋ ਜਾਣਗੇ ਤੇ ਅਸੀਂ ਉਹਨਾਂ ਨੂੰ ਵਿਡਰਾਅ ਕਰਾਂਗੇ। ਸੋ ਇਹ ਕਦੀ ਵੀ ਨਹੀਂ ਹੋ ਸਕਦਾ ਕਿ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਖਿਲਾਫ ਇਲੈਕਸ਼ਨ ਲੜੀਏ ਤੇ ਅਸੀਂ ਇਹ ਕੌਮ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਬਿਲਕੁਲ ਇਨ ਬਿਨ ਜੋ ਸਾਡਾ ਬਿਆਨ ਪਾਰਟੀ ਪ੍ਰਧਾਨ ਨੇ ਦਿੱਤਾ ਹੈ ਉਹਦੇ ਤੇ ਉਹਨਾਂ ਨੇ ਕਦੀ ਵੀ ਜਿਹੜਾ ਵਾ ਉਹ ਪਿੱਛੇ ਪਾਉ ਕੇ ਨਹੀਂ ਵੇਖਿਆ। ਤੇ ਜਦੋਂ ਸਤਿਕਾਰਯੋਗ ਬੀਬੀ ਪਰਮਜੀਤ ਕੌਰ ਖਾਲੜਾ ਜੀ ਇਲੈਕਸ਼ਨ ਲੜਦੇ ਸਨ ਉਸ ਵੇਲੇ ਵੀ ਸਰਦਾਰ ਮਾਨ ਸਾਹਿਬ ਨੇ ਕੈਂਡੀਡੇਟ ਨਹੀਂ ਸੀ ਦਿੱਤਾ ਤੇ ਅੱਜ ਵੀ ਉਹਨਾਂ ਨੇ ਕੈਂਡੀਡੇਟ ਭਾਈ ਅੰਮ੍ਰਿਤਪਾਲ ਸਿੰਘ ਵਾਸਤੇ ਨਹੀਂ ਦਿੱਤਾ। ਰਵਾਇਤੀ ਪਾਰਟੀਆਂ ਦੇ ਉੱਤੇ ਦਬਾਅ ਬਣਾਉਣ ਵਾਸਤੇ ਪੇਪਰ ਭਰੇ ਆ, ਇਹ ਵਿਡਰਾਅ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਪਾਲ ਸਿੰਘ ਬਲੇਰ ਖਡੂਰ ਸਾਹਿਬ ਹਲਕਾ ਤੋਂ ਚੋਣ ਬਿਲਕੁਲ ਵੀ ਨਹੀਂ ਲੜ ਰਿਹਾ। ਸੋ ਮੈਂ ਆਰਐਸਐਸ ਬੀਜੇਪੀ ਦੀਆਂ ਜਿਹੜੀਆਂ ਉਹਨਾਂ ਦੀਆਂ ਹਮਖਿਆਲੀ ਪਾਰਟੀਆਂ ਰਵਾਇਤੀ ਪਾਰਟੀਆਂ ਜੋ ਉਹਨਾਂ ਨਾਲ ਰਲ ਕੇ ਚਾਲਾਂ ਚੱਲੀਆਂ ਜਾਂਦੀਆਂ ਪੰਥ ਤੇ ਪੰਜਾਬ ਨੂੰ ਇਸ ਸੱਤਾ ਦੇ ਵਿੱਚੋਂ ਬਾਹਰ ਕਰਨ ਵਾਸਤੇ, ਸੋ ਉਹਨਾਂ ਦੀਆਂ ਨੀਤੀਆਂ ਨੂੰ ਸਮਝਦਾ ਹੋਇਆ ਮੈਂ ਮੈਦਾਨ ਦੇ ਵਿੱਚ ਪੇਪਰ ਇਸ ਕਰਕੇ ਦਾਖਲ ਕੀਤੇ ਆ ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਸੀ ਕਿ ਸਾਨੂੰ ਆਪਣਾ ਦਬਾਅ ਬਣਾਉਣ ਵਾਸਤੇ ਇਹ ਰਵਾਇਤੀ ਪਾਰਟੀਆਂ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ਼ਾਂ ਦੇ ਨਾਲ ਛੇੜਛਾੜ ਨਾ ਕਰਨ। ਇਸ ਕਰਕੇ ਅਸੀਂ ਆਪਣੇ ਅੱਜ ਨਾਮਜ਼ਦਗੀ ਪੇਪਰ ਭਰੇ ਆ, ਜਦ ਉਹਨਾਂ ਦੇ ਪੇਪਰ ਕੱਲ ਨੂੰ ਅਸੈਪਟ ਹੋ ਜਾਣਗੇ ਤੇ ਅਸੀਂ ਉਹਨਾਂ ਨੂੰ ਵਿਡਰਾਅ ਕਰਾਂਗੇ। ਸੋ ਇਹ ਕਦੀ ਵੀ ਨਹੀਂ ਹੋ ਸਕਦਾ ਕਿ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਖਿਲਾਫ ਇਲੈਕਸ਼ਨ ਲੜੀਏ ਤੇ ਅਸੀਂ ਇਹ ਕੌਮ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਬਿਲਕੁਲ ਇਨ ਬਿਨ ਜੋ ਸਾਡਾ ਬਿਆਨ ਪਾਰਟੀ ਪ੍ਰਧਾਨ ਨੇ ਦਿੱਤਾ ਹੈ ਉਹਦੇ ਤੇ ਉਹਨਾਂ ਨੇ ਕਦੀ ਵੀ ਜਿਹੜਾ ਵਾ ਉਹ ਪਿੱਛੇ ਪਾਉ ਕੇ ਨਹੀਂ ਵੇਖਿਆ। ਤੇ ਜਦੋਂ ਸਤਿਕਾਰਯੋਗ ਬੀਬੀ ਪਰਮਜੀਤ ਕੌਰ ਖਾਲੜਾ ਜੀ ਇਲੈਕਸ਼ਨ ਲੜਦੇ ਸਨ ਉਸ ਵੇਲੇ ਵੀ ਸਰਦਾਰ ਮਾਨ ਸਾਹਿਬ ਨੇ ਕੈਂਡੀਡੇਟ ਨਹੀਂ ਸੀ ਦਿੱਤਾ ਤੇ ਅੱਜ ਵੀ ਉਹਨਾਂ ਨੇ ਕੈਂਡੀਡੇਟ ਭਾਈ ਅੰਮ੍ਰਿਤਪਾਲ ਸਿੰਘ ਵਾਸਤੇ ਨਹੀਂ ਦਿੱਤਾ। ਰਵਾਇਤੀ ਪਾਰਟੀਆਂ ਦੇ ਉੱਤੇ ਦਬਾਅ ਬਣਾਉਣ ਵਾਸਤੇ ਪੇਪਰ ਭਰੇ ਆ, ਇਹ ਵਿਡਰਾਅ ਕਰਾਂਗੇ।